ਚੰਡੀਗੜ੍ਹ ਵਿੱਚ ਪੰਜਾਬ ਮੰਤਰੀ ਮੰਡਲ ਦੀ ਅਹਿਮ ਬੈਠਕ ਹੋਈ, ਜਿਸ ਦੌਰਾਨ ਪੰਜਾਬ ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ਦਾ ਰਸਮੀ ਐਲਾਨ ਕੀਤਾ ਗਿਆ, ਜੋ 24 ਤੋਂ 28 ਅਗਸਤ ਤੱਕ ਹੋਵੇਗਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਹੋਈ ਕੈਬਨਿਟ ਬੈਠਕ ਵਿੱਚ ਇਹ ਫੈਸਲਾ ਲਿਆ ਗਿਆ ਕਿ ਇਹ ਸੈਸ਼ਨ ਕਾਫੀ ਗਰਮਾਉਣ ਵਾਲਾ ਹੈ, ਕਿਉਂਕਿ ਪੰਜਾਬ ਸਰਕਾਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਲਈ ਬਣੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿਧਾਨ ਸਭਾ ਵਿੱਚ ਪੇਸ਼ ਕਰਨੀ ਹੈ। ਇਸ ਤੋਂ ਇਲਾਵਾ ਨਸ਼ਿਆਂ ਤੇ ਪਾਣੀਆਂ ਦੇ ਮੁੱਦੇ ਤੇ ਵਿਰੋਧੀ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕਰਨਗੇ। ਮੰਤਰੀ ਮੰਡਲ ਦੇ ਫੈਸਲੇ ਤੇ ਸਹਿਮਤੀ ਦਿੰਦਿਆਂ ਪੰਜਾਬ ਦੇ ਗਵਰਨਰ VP ਸਿੰਘ ਬਦਨੌਰ ਨੇ 15ਵੀਂ ਪੰਜਾਬ ਵਿਧਾਨ ਸਭਾ ਦੇ 5 ਦਿਨਾਂ ਚੱਲਣ ਵਾਲੇ 5ਵੇਂ ਇਜਲਾਸ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਪੰਜਾਬ ਸਰਕਾਰ ਦੇ ਬੁਲਾਰੇ ਮੁਤਾਬਕ ਇਹ ਇਜਲਾਸ 24 ਅਗਸਤ ਤੋਂ ਬਾਅਦ ਦੁਪਹਿਰ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਨਾਲ ਸ਼ੁਰੂ ਹੋਵੇਗਾ ਅਤੇ 28 ਅਗਸਤ ਨੂੰ ਸਦਨ ਉਠਾ ਦਿੱਤਾ ਜਾਵੇਗਾ। ਗਵਰਨਰ ਸਾਹਿਬ ਨੂੰ ਕੈਬਨਿਟ ਨੇ ਇਹ ਸਿਫਾਰਿਸ਼ ਕੀਤੀ ਹੈ ਕਿ 24 ਤਰੀਕ ਨੂੰ 24 ਅਗਸਤ ਨੂੰ ਸੈਸ਼ਨ ਪੰਜਾਬ ਵਿਧਾਨ ਸਭਾ ਦਾ ਬੁਲਾਇਆ ਜਾਵੇ। ਇਹ ਟੈਂਟੇਟਿਵ ਪ੍ਰੋਗਰਾਮ ਜਿਹੜਾ ਹੈ ਉਹ 3 ਦਿਨ ਦਾ ਦਿੱਤਾ ਗਿਆ, ਪਰ ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ, ਖਾਸ ਕਰਕੇ ਜਿਹੜੇ ਤੁਸੀਂ ਪੱਤਰਕਾਰ ਲੋਕ ਹੋ, ਕਿ ਫਾਈਨਲ ਫੈਸਲਾ ਸੈਸ਼ਨ ਦਾ ਇਹ ਸਪੀਕਰ ਅਤੇ ਜਿਹੜੀ ਵਿਧਾਨ ਸਭਾ ਦੀ ਕਮੇਟੀ ਹੈ, ਹਾਊਸ ਦੀ ਕਮੇਟੀ ਹੈ, ਉਹ ਫੈਸਲਾ ਕਰੇਗੀ। ਸੋ ਬਹਰਹਾਲ ਅੱਜ ਦਾ ਜਿਹੜਾ ਫੈਸਲਾ ਹੈ ਕਿ 24 ਤਰੀਕ ਨੂੰ ਪੰਜਾਬ ਵਿਧਾਨ ਸਭਾ ਦਾ ਮੌਨਸੂਨ ਸੈਸ਼ਨ ਜਿਹੜਾ ਉਹ ਬੁਲਾਇਆ ਜਾਏਗਾ। ਸਰ 24, 25, 26, 27, 28 ਸ਼ਾਇਦ 29, ਪਰ ਵਿੱਚ ਦੀ 2 ਛੁੱਟੀਆਂ ਇਤਵਾਰ ਸੈਟਰਡੇ ਸੰਡੇ ਆ ਜਾਏਗਾ, ਤਾਂ ਇਫੈਕਟਿਵਲੀ 3 ਦਿਨ ਦਾ ਸੈਸ਼ਨ ਜਿਹੜਾ ਬੁਲਾਇਆ ਜਾਏਗਾ।